ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝ ਕੇ ਸਭ ਤੋਂ ਉੱਪਰ ਲਿਖਾਉਣ ਦੀ ਕੋਸ਼ਿਸ਼ ਕੀਤੇ ਨੇ। ਨਾ ਸਿਰਫ ਇੱਥੇ ਮੈਡਮ, ਹਰ ਥਾਂ 'ਤੇ ਬੋਰਡ ਚੇਂਜ ਹੋ ਰਹੇ ਨੇ, ਹੋ ਚੁੱਕੇ ਨੇ। ਮੈਨੂੰ ਲੱਗਦਾ ਹੈ ਇਹ ਪੰਜਾਬੀ ਭਾਸ਼ਾ ਦੀ ਥਾਂ ਉੱਤੇ ਹੀ ਹੈ, ਉੱਪਰ ਹੋ ਗਈ ਹਮੇਸ਼ਾ। ਪੰਜਾਬੀ ਭਾਸ਼ਾ ਲਗਾਤਾਰ ਅਲੋਪ ਹੁੰਦੀ ਸਾਨੂੰ ਨਜ਼ਰ ਆਉਂਦੀ ਹੈ, ਕੀ ਉਸਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੰਮ ਕੀਤੇ ਜਾਣ? ਜੀ ਬਿਲਕੁਲ, ਮੈਨੇ ਇੱਕ RTI ਪਾਇਆ ਜੀ। RTI ਦੇ ਵਿੱਚ ਮੈਨੂੰ ਗ੍ਰਹਿ ਸਕੱਤਰ ਭਾਸ਼ਾ ਵਿਭਾਗ ਵੱਲੋਂ ਇੱਕ ਰਿਪਲਾਈ ਮਿਲਿਆ, ਉੱਥੇ ਸਾਫ਼ ਸਾਫ਼ ਲਿਖਿਆ ਗਿਆ ਚੰਡੀਗੜ੍ਹ ਬੀ ਖੇਤਰ ਦੇ ਆਉਂਦੀ ਹੈ, ਪੰਜਾਬ, ਗੁਜਰਾਤ, ਮਹਾਰਾਸ਼ਟਰਾ, ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ, ਦਮਨ ਦਿਊ, ਇੱਥੇ ਤੀਨ ਭਾਸ਼ਾ ਵਿੱਚ ਬੋਰਡ ਹੋਣਗੇ, ਸਭ ਤੋਂ ਉੱਪਰ ਲੋਕਲ ਲੈਂਗੁਏਜ ਉੱਪਰ ਹੋਏਗੀ, ਇਸ ਦਾ ਭਾਵ ਹੈ ਪੰਜਾਬੀ ਉੱਪਰ ਹੋਏਗੀ। ਨਾ ਸਿਰਫ ਪੰਜਾਬ ਪੁਲਿਸ, ਹਰ ਵਿਭਾਗ ਦੇ ਵਿੱਚ ਪੰਜਾਬੀ ਸਭ ਤੋਂ ਉੱਪਰ ਲਿਖਿਆ ਜਾਊਗਾ। ਆਫਿਸਰ ਦੀ ਨੇਮ ਪਲੇਟ, ਉਹਨਾਂ ਦੀ ਜਿੰਨੇ ਵੀ ਪ੍ਰਿੰਟ ਹੁੰਦੇ ਨੇ ਕਾਗਜ਼, ਇੰਨਾ ਹੀ ਨਹੀਂ, ਹਰੇਕ ਬੋਰਡ ਤੀਨ ਭਾਸ਼ਾ ਵਿੱਚ ਹੋਣ ਦੀ ਲੋੜ ਹੈ, ਸਭ ਤੋਂ ਉੱਪਰ ਲੋਕਲ ਲੈਂਗੁਏਜ ਹੋਣ ਦੀ ਲੋੜ ਹੈ। ਇਹ 35 ਅੱਖਰ, ਇਹਦੇ ਵਿੱਚ ਤਾਕਤ ਬਹੁਤ ਹੈ। ਦੇਖੋ, ਮੈਂ ਕਰਨਾਟਕ ਤੋਂ ਆ ਕੇ ਇਸ 35 ਅੱਖਰ ਸਿੱਖ ਕੇ ਸ਼੍ਰੀ ਜਪਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਕੇ ਮੇਰੀ ਮਾਂ ਬੋਲੀ ਕੰਨੜ ਨੂੰ ਮੈਂ ਰੂਹਾਨੀ ਦੀ ਸਿਖਰ ਤੱਕ ਲੈ ਕੇ ਗਿਆ। ਇੰਨੀ ਤਾਕਤ ਹੈ ਇਸ 35 ਅੱਖਰ ਦੇ ਵਿੱਚ। ਜੇਕਰ ਤੁਸੀਂ ਇਸ 35 ਅੱਖਰ ਸਿੱਖੋਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਮਝ ਸਕਦੇ ਹੋ, ਇੰਨੀ ਤਾਕਤ ਹੈ ਇਸ 35 ਅੱਖਰ ਦੇ ਵਿੱਚ। ਜਿੱਥੇ ਅਸੀਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਉਂਦੇ ਹਾਂ ਤਾਂ ਹਰ ਜਗ੍ਹਾ ਸਾਨੂੰ ਹਿੰਦੀ ਦੇ ਬੋਰਡ ਨਜ਼ਰ ਆਉਂਦੇ ਆ। ਚੰਡੀਗੜ੍ਹ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਲੈ ਕੇ ਪਹੁੰਚਿਆ, ਸਭ ਤੋਂ ਮਸ਼ਹੂਰ ਮਾਰਕੀਟ ਮੰਨੀ ਜਾਂਦੀ ਹੈ 17 ਸੈਕਟਰ ਦੀ ਮਾਰਕੀਟ, ਪਰ ਉੱਥੇ ਹੀ ਸਾਨੂੰ ਚੰਡੀਗੜ੍ਹ ਸ਼ਹਿਰ ਦੇ ਵਿੱਚ ਆ ਕੇ ਜਿੱਥੇ ਹਰਿਆਣਾ, ਹਿਮਾਚਲ ਦੇ ਲੋਕ ਮਿਲਦੇ ਨੇ, ਜਿੱਥੇ ਸਾਡੀ ਇਹ ਰਾਜਧਾਨੀ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਆ, ਪਰ ਉੱਥੇ ਹੀ ਪੰਜਾਬੀ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ। ਪਰ ਹੁਣ ਇੱਕ ਨਵਾਂ ਬਦਲਾਵ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਹੈ। 17 ਦੀ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਚੌਂਕੀ ਦੀ ਜਿਹੜੀ ਪੰਜਾਬੀ ਭਾਸ਼ਾ ਨੂੰ ਮਿਆਰੀ ਰੂਪ ਦਿੱਤਾ ਗਿਆ ਹੈ, ਬਿਲਕੁਲ ਉੱਪਰ ਸਭ ਤੋਂ ਪੰਜਾਬੀ ਭਾਸ਼ਾ ਲਿਖੀ ਗਈ ਹੈ। ਜਿਹੜੇ ਬੋਰਡਾਂ ਦੀ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਸਾਨੂੰ ਕਦੇ ਹਿੰਦੀ 'ਚ ਨਜ਼ਰ ਆਉਂਦੇ ਆ, ਕਦੇ ਇੰਗਲਿਸ਼ 'ਚ ਨਜ਼ਰ ਆਉਂਦੇ ਆ, ਪਰ ਸਾਨੂੰ ਪੰਜਾਬੀ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ। ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਦਲਾਵ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਸਾਨੂੰ ਨਜ਼ਰ ਆਇਆ ਹੈ ਕਿ ਪੰਜਾਬੀ ਭਾਸ਼ਾ ਨੂੰ ਮਿਆਰੀ ਰੂਪ ਦੇ ਦਿੱਤਾ ਗਿਆ ਹੈ। ਬਹੁਤ ਸਾਰੀ ਜਗ੍ਹਾ ਦੇ ਉੱਤੇ ਬੋਰਡ ਬਦਲੇ ਗਏ ਨੇ, ਜਿੱਥੇ ਸਾਨੂੰ ਪੰਜਾਬੀ ਭਾਸ਼ਾ ਦੇ ਪੁਲਿਸ ਥਾਣੇ ਦੇ ਬੋਰਡ ਬਦਲੇ ਨਜ਼ਰ ਆ ਰਹੇ ਨੇ, ਪੁਲਿਸ ਚੌਂਕੀਆਂ ਦੇ ਬੋਰਡ ਬਦਲੇ ਨਜ਼ਰ ਆ ਰਹੇ ਨੇ, ਉੱਥੇ ਹੀ ਇੱਕ ਵੱਡਾ ਬਦਲਾਵ ਜਿਹੜਾ ਹੈ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ, ਕਿ ਇਸ ਦੇ ਨਾਲ ਹੀ ਬੈਂਕ ਤੱਕ ਦੇ ਜਿਹੜੇ ਬੋਰਡ ਨੇ ਉਹ ਬਦਲ ਕੇ ਪਹਿਲੀ ਭਾਸ਼ਾ ਜਿਹੜਾ ਹੈ ਰੂਪ ਦਿੱਤਾ ਗਿਆ ਹੈ ਪੰਜਾਬੀ ਨੂੰ। ਪਹਿਲਾਂ ਤਾਂ ਪੰਜਾਬੀ ਲਿਖੀ ਜਾਵੇਗੀ, ਫਿਰ ਹਿੰਦੀ ਲਿਖੀ ਜਾਵੇਗੀ, ਫਿਰ ਅੰਗਰੇਜ਼ੀ ਲਿਖੀ ਜਾਵੇਗੀ। ਪਰ ਇਸ ਦੇ ਬਦਲਾਵ ਦੇ ਪਿੱਛੇ ਦਾ ਕੌਣ ਹੈ ਕਾਰਨ, ਉਸ ਦੇ ਨਾਲ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਅਤੇ ਨਾਲ ਹੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ। ਤੁਹਾਨੂੰ ਦਿਖਾ ਦਿੰਦੇ ਹਾਂ ਕਿ ਉਹਨਾਂ ਦੀ ਮਿਹਨਤ ਦਾ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਹੀ ਅਸੀਂ 17 ਸੈਕਟਰ ਦੇ ਪੁਲਿਸ ਥਾਣੇ ਦੇ ਬਾਹਰ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, ਉਹਨਾਂ ਦੇ ਵੱਲੋਂ RTIਆਂ ਪਾਈਆਂ ਗਈਆਂ, ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪੁਲਿਸ ਥਾਣਿਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਅਤੇ ਉਹ ਨਤੀਜਾ ਜਿਹੜਾ ਹੈ ਉਹ ਅੱਜ ਸਾਹਮਣੇ ਆ ਰਿਹਾ ਹੈ। ਪੰਡਿਤ ਰਾਓ ਜੀ ਸਾਡੇ ਨਾਲ ਮੌਜੂਦਾ ਗੱਲਬਾਤ ਕਰਨਗੇ। ਪੰਡਿਤ ਰਾਓ ਜੀ, ਲਗਾਤਾਰ ਕੋਸ਼ਿਸ਼ਾਂ ਕੀਤੀਆਂ, ਅੱਜ ਨਤੀਜਾ ਸਾਹਮਣੇ ਆ। ਹਾਂ, ਇਹ ਇੱਕ ਪਰਮਾਤਮਾ ਦੀ ਮਿਹਰ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਸਮਝ ਕੇ ਸਭ ਤੋਂ ਉੱਪਰ ਲਿਖਾਉਣ ਦੀ ਕੋਸ਼ਿਸ਼ ਕੀਤੇ ਨੇ। ਨਾ ਸਿਰਫ ਇੱਥੇ ਮੈਡਮ, ਨੀਲਮ ਚੌਕੀ 9 ਸੈਕਟਰ ਦੇ ਹੈੱਡਕੁਆਰਟਰ, ਹਰ ਥਾਂ 'ਤੇ ਬੋਰਡ ਚੇਂਜ ਹੋ ਰਹੇ ਨੇ, ਹੋ ਚੁੱਕੇ ਨੇ। ਮੈਨੂੰ ਲੱਗਦਾ ਹੈ ਇਹ ਪੰਜਾਬੀ ਭਾਸ਼ਾ ਦੀ ਥਾਂ ਉੱਤੇ ਹੀ ਹੈ, ਉੱਪਰ ਹੋ ਗਈ ਹਮੇਸ਼ਾ। ਉਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਹਾਲੇ ਵੀ ਚੰਡੀਗੜ੍ਹ ਦੇ ਵਿੱਚ ਬਹੁਤ ਅਜਿਹੀਆਂ ਜਗ੍ਹਾ ਨੇ ਜਿੱਥੇ ਪੰਜਾਬੀ ਭਾਸ਼ਾ ਨੂੰ ਮਿਆਰੀ ਰੂਪ ਨਹੀਂ ਦਿੱਤਾ ਜਾਂਦਾ। ਜੇ ਅਸੀਂ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਲਗਾਤਾਰ ਅਲੋਪ ਹੁੰਦੀ ਸਾਨੂੰ ਨਜ਼ਰ ਆਉਂਦੀ ਹੈ, ਕੀ ਉਸਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੰਮ ਕੀਤੇ ਜਾਣ? ਜੀ ਬਿਲਕੁਲ, ਮੈਂ ਇੱਕ RTI ਪਾਇਆ ਜੀ।
ਆਰਟੀਆਈ ਦੇ ਵਿੱਚ ਮੈਨੂੰ ਗ੍ਰਹਿ ਸਕੱਤਰ ਭਾਸ਼ਾ ਵਿਭਾਗ ਵੱਲੋਂ ਇੱਕ ਰਿਪਲਾਈ ਮਿਲਿਆ। ਉੱਥੇ ਸਾਫ਼ ਸਾਫ਼ ਲਿਖਿਆ ਗਿਆ ਚੰਡੀਗੜ੍ਹ ਬੀ ਖੇਤਰ ਦੇ ਆਉਂਦੀ ਹੈ ਅਕਾਰਡਿੰਗ ਟੂ ਆਫਿਸ਼ੀਅਲ ਲੈਂਗੁਏਜ ਐਕਟ 1963 ਦੇ ਮੁਤਾਬਿਕ। ਬੀ ਖੇਤਰ ਜਿੰਨੇ ਵੀ ਸਟੇਟ ਨੇ ਜਿਵੇਂ ਪੰਜਾਬ, ਗੁਜਰਾਤ, ਮਹਾਰਾਸ਼ਟਰਾ, ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ, ਦਮਨ ਐਂਡ ਦਿਊ, ਇੱਥੇ ਤਿੰਨ ਭਾਸ਼ਾ ਵਿੱਚ ਬੋਰਡ ਹੋਣਗੇ। ਸਭ ਤੋਂ ਉੱਪਰ ਲੋਕਲ ਲੈਂਗੁਏਜ ਉੱਪਰ ਹੋਏਗੀ, ਇਸ ਦਾ ਭਾਵ ਹੈ ਪੰਜਾਬੀ ਉੱਪਰ ਹੋਏਗੀ। ਨਾ ਸਿਰਫ ਪੰਜਾਬ ਪੁਲਿਸ, ਹਰ ਵਿਭਾਗ ਦੇ ਵਿੱਚ ਪੰਜਾਬੀ ਸਭ ਤੋਂ ਉੱਪਰ ਲਿਖਿਆ ਜਾਊਗਾ। ਇਸ ਦੀ ਪੂਰਾ ਸੰਪੂਰਨ ਰੂਪ 'ਤੇ ਲਾਗੂ ਹੋਣ ਤੱਕ ਮੈਂ ਸੰਘਰਸ਼ ਕਰਦਾ ਰਹਾਂਗਾ। ਚਿੱਠੀਆਂ ਕਦੋਂ ਲਿਖੀਆਂ ਗਈਆਂ ਸੀ ਅਤੇ ਚਿੱਠੀ ਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਤੁਹਾਡੇ ਵੱਲੋਂ ਰੱਖੇ ਗਏ ਸੀ, ਮਹੱਤਵਪੂਰਨ ਕਿਹੜੀਆਂ ਕਿਹੜੀਆਂ ਗੱਲਾਂ ਰੱਖੀਆਂ ਗਈਆਂ ਸੀ ਜਿਸ 'ਤੇ ਬਾਅਦ ਸਾਨੂੰ ਅਜਿਹਾ ਨਤੀਜਾ ਨਜ਼ਰ ਆ ਰਿਹਾ? ਭਾਸ਼ਾ ਵਿਭਾਗ ਕੇਂਦਰ ਸਰਕਾਰ ਦੇ ਵਿੱਚ ਮੈਂ ਇੱਕ ਲਿਖ ਲਿਖਿਆ ਸੀ, ਇੱਕ ਖੱਤ, ਇਹਦੇ ਵਿੱਚ ਇਹ ਪੁੱਛਿਆ ਸੀ ਮੈਂ ਚੰਡੀਗੜ੍ਹ ਦੇ ਵਿੱਚ ਲੱਗਣ ਵਾਲੇ ਬੋਰਡ 'ਤੇ ਕਿੰਨੇ ਭਾਸ਼ਾ ਵਿੱਚ ਲੱਗਣਾ ਚਾਹੀਦਾ, ਸਭ ਤੋਂ ਉੱਪਰ ਕਿਹੜਾ ਹੋਣਾ ਚਾਹੀਦਾ। ਉਹਨਾਂ ਨੇ ਸਾਫ਼ ਤੌਰ 'ਤੇ ਮੈਨੂੰ ਇਹ ਲਿਖੇ ਭੇਜੇ ਨੇ ਕਿ ਚੰਡੀਗੜ੍ਹ ਬੀ ਖੇਤਰ ਵਿੱਚ ਆਉਂਦੀ ਹੈ, ਉੱਥੇ ਸਭ ਤੋਂ ਉੱਪਰ ਲੋਕਲ ਲੈਂਗੁਏਜ ਹੋਣ ਦੀ ਲੋੜ ਹੈ। ਇਹ ਦੇਖੋ ਜੀ, ਗ੍ਰਹਿ ਸਕੱਤਰ, ਗ੍ਰਹਿ ਵਿਭਾਗ, ਉੱਥੇ ਸਾਫ਼ ਸਾਫ਼ ਲਿਖਿਆ ਗਿਆ, ਨਾ ਸਿਰਫ ਬੋਰਡ ਮੈਡਮ ਬਾਹਰ ਬਲਕਿ ਆਫਿਸਰ ਦੀ ਨੇਮ ਪਲੇਟ, ਉਹਨਾਂ ਦੀ ਜਿੰਨੇ ਵੀ ਪ੍ਰਿੰਟ ਹੁੰਦੇ ਨੇ ਕਾਗਜ਼, ਇੰਨਾ ਹੀ ਨਹੀਂ, ਹਰੇਕ ਬੋਰਡ ਤਿੰਨ ਭਾਸ਼ਾ ਵਿੱਚ ਹੋਣ ਦੀ ਲੋੜ ਹੈ। ਸਭ ਤੋਂ ਉੱਪਰ ਲੋਕਲ ਲੈਂਗੁਏਜ ਹੋਣ ਦੀ ਲੋੜ ਹੈ ਜੀ। ਨਾਲ ਹੀ ਪੰਡਿਤ ਜੀ, ਦੇਖਿਆ ਜਾਵੇ ਤਾਂ ਤੁਸੀਂ ਅੱਜ ਵੀ ਉਸੇ ਤਰ੍ਹਾਂ ਬੋਰਡ ਚੱਕ ਕੇ ਖੜ੍ਹੇ ਹੋਏ ਹੋਗੇ, ਕੋਸ਼ਿਸ਼ 'ਚ ਕਿਤੇ ਨਾ ਕਿਤੇ ਉਹ ਵੀ ਕਹਿ ਸਕਦੇ ਨਿਖਾਰ ਸਾਹਮਣੇ ਆ ਰਿਹਾ ਹੈ, ਜਿਹੜੀ ਕੋਸ਼ਿਸ਼ ਹੈ ਉਹ ਵੀ ਕਿਤੇ ਨਾ ਕਿਤੇ ਪੂਰੀ ਹੁੰਦੀ ਨਜ਼ਰ ਆ ਰਹੀ ਹੈ, ਫਿਰ ਵੀ ਅੱਜ ਬੋਰਡ ਚੱਕ ਕੇ ਖੜ੍ਹੇ ਜੀ। ਇਹ ਮਾਣ ਵਾਲੀ ਗੱਲ ਹੈ ਮੈਡਮ, ਇਹ 35 ਅੱਖਰ, ਇਹਦੇ ਵਿੱਚ ਤਾਕਤ ਬਹੁਤ ਹੈ। ਦੇਖੋ, ਮੈਂ ਕਰਨਾਟਕ ਤੋਂ ਆ ਕੇ ਇਸ 35 ਅੱਖਰ ਸਿੱਖ ਕੇ ਸ਼੍ਰੀ ਜਪਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਕੇ ਮੇਰੀ ਮਾਂ ਬੋਲੀ ਕੰਨੜ ਨੂੰ ਮੈਂ ਰੂਹਾਨੀਤੀ ਦੇ ਸਿਖਰ ਤੱਕ ਲੈ ਕੇ ਗਿਆ। ਇੰਨੀ ਤਾਕਤ ਹੈ ਇਸ 35 ਅੱਖਰ ਦੇ ਵਿੱਚ। ਇੰਨਾ ਹੀ ਨਹੀਂ ਮੈਡਮ, ਜੇਕਰ ਤੁਸੀਂ ਇਸ 35 ਅੱਖਰ ਸਿੱਖੋਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਸਮਝ ਸਕਦੇ ਹੋ। ਇੰਨੀ ਤਾਕਤ ਹੈ ਇਸ 35 ਅੱਖਰ ਦੇ ਵਿੱਚ। ਇੰਨਾ ਹੀ ਨਹੀਂ, ਬਹੁਤ ਸਾਰੇ ਇਤਿਹਾਸਿਕ ਦਸਤਾਵੇਜ਼ ਤੁਸੀਂ ਪੜ੍ਹ ਸਕਦੇ ਹੋ ਜੇ ਤੁਸੀਂ 35 ਜਾਣੋਗੇ। ਇੰਨੀ ਤਾਕਤ ਹੈ ਇਹਦੇ ਵਿੱਚ, ਇਸ ਲਈ ਮੈਂ ਸਰ 'ਤੇ ਰੱਖ ਕੇ ਘੁੰਮਦਾ ਹੈ ਤਾਂ ਕਿ ਆਮ ਲੋਕਾਂ ਨੂੰ ਇਸ ਦੀ ਮਹੱਤਤਾ ਪਤਾ ਚੱਲੇ, ਇਸ ਨੂੰ ਸਨਮਾਨ ਦਿੱਤਾ ਜਾਵੇ, ਬਣਦਾ ਹੋਇਆ ਸਤਿਕਾਰ ਦਿੱਤਾ ਜਾਵੇ। ਕਰਨਾਟਕਾ ਤੋਂ ਆ ਕੇ ਪੰਜਾਬੀ ਭਾਸ਼ਾ ਨਾਲ ਇੰਨਾ ਪਿਆਰ ਕਿਵੇਂ ਕਰਨ ਦੀ ਲੋੜ ਹੈ? ਮੈਂ ਭਾਵੇਂ ਕਰਨਾਟਕ ਤੋਂ ਹਾਂ ਪਰ ਫਿਲਹਾਲ ਕਿੱਥੇ ਵੱਸਦਾ ਹੈ ਮੈਂ? ਪੰਜਾਬ ਦੇ ਰਾਜਧਾਨੀ ਚੰਡੀਗੜ੍ਹ, ਜਿੱਥੇ ਪੰਜਾਬੀ ਅਤੇ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਜਿਵੇਂ ਤੁਸੀਂ ਪਹਿਲੇ ਕਿਹਾ। ਇੰਨਾ ਹੀ ਨਹੀਂ, ਮੈਂ ਪੰਜਾਬ ਦੀ ਰੋਟੀ ਖਾਧਾ ਹੈ। ਜੇ ਤੁਸੀਂ ਪੰਜਾਬ ਦੀ ਰੋਟੀ ਖਾਧੇ ਹੋ, ਉਸਦੀ ਕਦਰ ਕਰਨ ਦੀ ਲੋੜ ਹੈ। ਮੈਂ ਮਰ ਜਾਣ ਤੱਕ ਉਸ ਰੋਟੀ ਦੀ ਕਦਰ ਕਰਾਂਗਾ। ਇੱਕ ਰੋਟੀ ਖਾਇਆ, ਤੁਸੀਂ ਕਦਰ ਕਰਨ ਦੀ ਲੋੜ ਹੈ। ਜੇ ਪੰਜਾਬ ਦੀ ਰੋਟੀ ਖਾਣ ਵਾਲੇ ਲੋਕ, ਜੇ ਪੰਜਾਬੀ ਪਾਣੀ ਪੀਣ ਵਾਲੇ ਲੋਕ, ਜੇ ਪੰਜਾਬੀ ਭਾਸ਼ਾ ਦੀ ਸਤਿਕਾਰ ਨਹੀਂ ਕਰਦੇ, ਨਾ ਇਨਸਾਫ਼ ਹੈ। ਇਸ ਲਈ ਮੈਂ ਪਿਆਰ ਕਰਦਾ ਇਹ ਕਰਦਾ ਰਹਾਂਗਾ ਆਖਰੀ ਦਮ ਤੱਕ। ਹੁਣ ਸਾਨੂੰ ਕੁਝ ਬੋਰਡ ਨਜ਼ਰ ਆ ਰਿਹਾ, ਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮਿਆਰੀ ਰੂਪ ਮਿਲੇਗਾ? ਜੀ, ਹਰੇਕ ਵਿਭਾਗ ਦੇ ਵਿੱਚ ਮੈਂ ਨੋਟਿਸ ਕੱਢਿਆ ਜੀ, ਹਰੇਕ ਵਿਭਾਗ, ਭਾਵੇਂ ਰੇਲ ਹੋਵੇ, ਭਾਵੇਂ ਉਹ ਰੇਲਵੇ ਸਟੇਸ਼ਨ ਹੋਵੇ, ਭਾਵੇਂ ਡਾਕਖਾਨਾ ਹੋਵੇ, ਬੈਂਕ ਹੋਵੇ, ਜਿਵੇਂ ਯੂਨੀਅਨ ਬੈਂਕ ਆਫ ਇੰਡੀਆ ਹੈਗਾ, ਤੁਸੀਂ ਦੇਖ ਸਕਦੇ ਹੋ, ਉੱਥੇ ਵੀ ਉਹ ਬੋਰਡ ਚੇਂਜ ਕਰ ਚੁੱਕੇ ਨੇ। ਸਭ ਤੋਂ ਉੱਪਰ ਪੰਜਾਬੀ ਲਿਖਿਆ ਗਿਆ। ਕਹਿਣ ਦਾ ਭਾਵ ਹੈ ਇਹ ਨਤੀਜਾ ਹੈ ਆਫਿਸ਼ੀਅਲ ਲੈਂਗੁਏਜ ਐਕਟ 1963, ਪੜ੍ਹੋ ਤੁਸੀਂ ਸਾਰੇ ਨੂੰ, ਮੈਂ ਬੇਨਤੀ ਕਰਦਾ ਹੈ 1963 ਲੈਂਗੁਏਜ ਐਕਟ ਪੜ੍ਹੋ, ਤੁਹਾਨੂੰ ਪਤਾ ਚੱਲ ਜਾਣਾ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੀ ਬਦਲਾਅ ਨਜ਼ਰ ਆਏ? ਬਦਲਾਅ ਇਹ ਹੈ ਕਿ ਪੰਜਾਬੀ ਭਾਸ਼ਾ ਦਾ ਸਨਮਾਨ ਮਿਲੇਗੀ, ਹਿੰਦੀ ਭਾਸ਼ਾ ਦੇ ਵੀ ਥੱਲੇ ਲਿਖਿਆ ਜਾਂਦਾ ਹੈ ਉਹ ਵੀ ਉੱਪਰ ਲਿਖਿਆ ਜਾਊਗਾ, ਹਿੰਦੀ ਭਾਸ਼ਾ ਦੀ ਸਨਮਾਨ ਹੋਵੇ।
ਜੋ ਬਹੁਤ ਸਾਰੇ ਬੋਰਡ 'ਤੇ ਤੁਸੀਂ ਦੇਖੋਗੇ ਹਿੰਦੀ ਥੱਲੇ ਲਿਖਿਆ ਗਿਆ, ਸਾਡੇ ਦੇਸ਼ ਦੀ ਭਾਸ਼ਾ ਥੱਲੇ ਕਿਵੇਂ ਹੋ ਸਕਦਾ ਹਿੰਦੀ, ਉਹ ਵੀ ਉੱਪਰ ਹੋਏਗੀ ਪਰ ਲੋਕਲ ਲੈਂਗੁਏਜ ਸਭ ਤੋਂ ਉੱਪਰ ਹੋਏਗੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਬਿਲਕੁਲ ਇੱਕ ਬਦਲਾਅ ਸਾਨੂੰ ਅੱਜ ਚੰਡੀਗੜ੍ਹ ਦੇ ਵਿੱਚ ਨਜ਼ਰ ਆਇਆ ਹੈ ਕਿ ਬੋਰਡ ਦੇ ਉੱਤੇ ਜਿੱਥੇ ਸਾਨੂੰ ਪੰਜਾਬੀ ਕਦੇ ਨਜ਼ਰ ਨਹੀਂ ਆਉਂਦੀ ਸੀ ਜਾਂ ਫਿਰ ਬਿਲਕੁਲ ਹੇਠਾਂ ਨਜ਼ਰ ਆਉਂਦੀ ਸੀ, ਅੱਜ ਉਹ ਬਿਲਕੁਲ ਟੌਪ ਦੇ ਉੱਤੇ ਮਿਆਰੀ ਰੂਪ ਦਿੱਤਾ ਗਿਆ ਭਾਸ਼ਾ ਨੂੰ, ਅਤੇ ਬਿਲਕੁਲ ਉੱਪਰ ਜਿਹੜੀ ਹੈ ਲਿਖੀ ਗਈ ਹੈ, ਅਤੇ ਇਹਨਾਂ ਦੀਆਂ ਕੋਸ਼ਿਸ਼ਾਂ ਕਿਤੇ ਨਾ ਕਿਤੇ ਸੱਚ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਅਤੇ ਇਹਨਾਂ ਦੀਆਂ ਕੋਸ਼ਿਸ਼ਾਂ ਦਾ ਫਲ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ। ਤਾਂ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੀ ਬਦਲਾਅ ਨਜ਼ਰ ਆਉਂਦਾ ਹੈ, ਕਿ ਪੂਰੇ ਚੰਡੀਗੜ੍ਹ ਦੇ ਬੋਰਡ ਹੀ ਬਦਲ ਕੇ ਪੰਜਾਬੀ ਭਾਸ਼ਾ ਨੂੰ ਇੱਕ ਮਿਆਰੀ ਰੂਪ ਦੇਣਗੇ, ਕਿ ਚੰਡੀਗੜ੍ਹ ਦੇ ਵਿੱਚ ਸਾਨੂੰ ਬਦਲਾਵ ਨਜ਼ਰ ਆਵੇਗਾ, ਕਿ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਦੇ ਹੀ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਸ਼ਹਿਰ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਵੱਖਰਾ ਸਥਾਨ ਮਿਲੇਗਾ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।